ਮਾਮਲਾ ਉਹੀ ਸੈਂਕੜੇ ਏਕੜ ਜ਼ਮੀਨ ਤੇ ਕਬਜ਼ੇ ਦਾ ਸਰਕਾਰ ਨੇ ਹੁਕਮ ਵੀ ਦਿੱਤੇ ਕਿ 1 ਮਹੀਨੇ ਦੇ ਅੰਦਰ ਅੰਦਰ ਕਾਰਵਾਈ ਕਰੋ ਪੂਰਾ ਸ਼ਡਿਊਲ ਜਾਰੀ ਕੀਤਾ ਕਿ ਕਿਹੜੇ ਪਿੰਡ ਦੀ ਕਿੰਨੇ ਏਕੜ ਜ਼ਮੀਨ ਕਬਜ਼ੇ ਤੋਂ ਛਡਵਾਈ ਜਾਵੇਗੀ ਪ੍ਰਸ਼ਾਸਨ ਕਿੱਥੇ ਪਰਦੇ ਪਾ ਰਿਹਾ ਹੈ ਤੇ ਕਿੱਥੇ ਸ਼ਰਿਆਮ ਚੱਲ ਰਿਹਾ ਹੈ ਔਰ 275 ਏਕੜ ਕਹਿੰਦੇ ਕਬਜ਼ਾ ਛਡਾ ਲਿਆ ਗਿਆ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਜੋ ਪ੍ਰਸ਼ਾਸਨ ਨੇ ਕਹੇਗਾ ਉਹ ਬਿਲਕੁਲ ਝੂਠ ਹੈ ਜਿਹੜਾ ਰਕਬਾ 150 ਏਕੜ ਦਾ ਇਕੱਠਾ ਰਕਬਾ ਹੈ ਸੰਗੋਲੀ ਪਿੰਡ ਦਾ ਉਹ ਕਦੇ ਆਬਾਦੀ ਨਹੀਂ ਹੋਇਆ ਤੇ ਉਹ ਤਾਂ ਖਾਲੀ ਪਈ ਸੀ ਜ਼ਮੀਨ ਉਹ ਤਾਂ ਕਿਸੇ ਦੇ ਕਬਜ਼ੇ 'ਚ ਨਹੀਂ ਹੈ ਫਿਰ ਉਹ ਕਿਵੇਂ ਕਹਿ ਰਹੇ ਨੇ ਕਿਹੜੇ ਆਧਾਰ ਤੇ ਕਹਿ ਰਹੇ ਨੇ ਕਿ 275 ਏਕੜ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ ਪ੍ਰਸ਼ਾਸਨ ਨੇ ਝੂਠ ਬੋਲਿਆ ਪ੍ਰਸ਼ਾਸਨ ਨੇ ਸਰਕਾਰ ਨੂੰ ਗੁੰਮਰਾ ਕੀਤਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਹਦੇਸ ਨਹੀਂ ਮੰਨੇ ਪ੍ਰਸ਼ਾਸਨ ਨੇ 1 ਇੰਚ ਵੀ ਕਬਜ਼ਕਾਰਾਂ ਕੋਲ ਜ਼ਮੀਨ ਨਹੀਂ ਛਡਾਈ ਅਛਾ ਜਿਹੜੀ ਪੀਰ ਮਛੱਲੇ ਦੀ ਜ਼ਮੀਨ ਹੈ ਇਹ 33 ਏਕੜ ਦੱਸੀ ਜਾ ਰਹੀ ਹੈ ਉੱਥੇ ਤਾਂ ਪਹਿਲਾਂ ਹੀ ਮਾਈਨਿੰਗ ਹੋ ਰਹੀ ਹੈ ਤਾਂ ਫਿਰ ਜਿਹੜੇ ਰਸੂਖਦਾਰ ਹੈ ਉਹਨਾਂ ਦੀ ਜ਼ਮੀਨਾਂ ਉਵੇਂ ਪਈਆਂ ਉਹਨਾਂ ਦੀ ਜਮੁਨਾ ਕੋ ਵਾਰੇ ਨੇ ਬੀਜਰੇ ਨੇ ਪਾਣੀ ਲਾਰੇ ਨੇ ਉਹਨਾਂ ਦੀ ਜ਼ਮੀਨਾਂ ਉਸੇ ਤਰ੍ਹਾਂ ਪਈਆਂ ਨੇ ਮਾਮਲਾ ਉਹੀ ਸੈਂਕੜੇ ਏਕੜ ਜ਼ਮੀਨ ਤੇ ਕਬਜ਼ੇ ਦਾ ਡੇਰਾਬਸੀ ਹਲਕੇ ਦੇ ਵਿੱਚ ਗੋਲਡਨ ਫੈਰੈਸਟ ਵਾਲੀ ਜਿਹੜੀ ਜ਼ਮੀਨ ਸੀ 1843 ਏਕੜ ਸਰਕਾਰ ਨੇ ਹੁਕਮ ਵੀ ਦਿੱਤੇ ਕਿ 1 ਮਹੀਨੇ ਦੇ ਅੰਦਰ ਅੰਦਰ ਕਾਰਵਾਈ ਕਰੋ ਪੂਰਾ ਸ਼ਡਿਊਲ ਜਾਰੀ ਕੀਤਾ ਕਿ ਕਿਹੜੇ ਪਿੰਡ ਦੀ ਕਿੰਨੇ ਏਕੜ ਜ਼ਮੀਨ ਕਬਜ਼ੇ ਤੋਂ ਛਡਵਾਈ ਜਾਵੇਗੀ ਇਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਪਰ ਪ੍ਰਸ਼ਾਸਨ ਕੀ ਕਰ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਕੀ ਵਾਕਈ ਜ਼ਮੀਨ ਕਬਜ਼ੇ ਤੋਂ ਛਡਵਾਈ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਪ੍ਰਸ਼ਾਸਨ ਕਿੱਥੇ ਪਰਦੇ ਪਾ ਰਿਹਾ ਹੈ ਤੇ ਕਿੱਥੇ ਸ਼ਰੇਆਮ ਚੱਲ ਰਿਹਾ ਹੈ ਇਹ ਗੱਲਬਾਤ ਕਰਾਂਗੇ ਕਿਉਂਕਿ ਇਸ ਜ਼ਮੀਨ ਤੋਂ ਕਬਜ਼ਾ ਨਜਾਇਜ਼ ਛਡਵਾ ਦੀ ਖਾਤਰ ਜਿਹੜੇ ਲੜਾਈ ਲੜ ਰਹੇ ਨੇ ਉਹਨਾਂ ਵਿੱਚੋਂ ਇੱਕ ਨੇ ਯਾਦਵਿੰਦਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਮੁੱਢਲੇ ਵਰਕਰ ਦੇ ਤੌਰ ਦੇ ਉੱਤੇ ਵੀ ਕੰਮ ਕਰਦੇ ਰਹੇ ਨੇ ਯਾਦਵਿੰਦਰ ਜੀ 1843 ਏਕੜ ਦਾ ਹੁਕਮ ਹੋਇਆ ਸਰਕਾਰ ਵੱਲੋਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਅਸੀਂ ਹੌਲੀ-ਹੌਲੀ ਕਰਕੇ ਟੀਮਾਂ ਬਣਾ ਦਿੱਤੀਆਂ ਨੇ ਨਿਸ਼ਾਨਦੇਹੀ ਕਰ ਰਹੇ ਹਾਂ ਹੌਲੀ-ਹੌਲੀ ਸਾਰੇ ਚੁਕਬਜਾ ਛਡਾ ਦੇਣਾ ਹੈ ਸਰਕਾਰ ਨੇ ਜਿਵੇਂ ਸਾਨੂੰ ਆਖਿਆ ਤੇ ਡੀਸੀ ਮੁਹਾਲੀ ਨੇ ਵੀ ਇਹੀ ਗੱਲ ਕਹੀ ਔਰ 275 ਏਕੜ ਕਹਿੰਦੇ ਕਬਜਾ ਛਡਾ ਲਿਆ ਗਿਆ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਇਹਦੇ ਵਿੱਚ ਜੋ ਪ੍ਰਸ਼ਾਸਨ ਨੇ ਕਹਿਆ ਹੈਗਾ ਉਹ ਬਿਲਕੁਲ ਝੂਠ ਹੈ ਮੈਂ ਅੱਜ ਪਿੰਡ ਸਮਗੌਲੀ ਗਿਆ ਸੀ ਸਮਗੌਲੀ ਦਾ ਜਿਹੜਾ ਰਕਬਾ 150 ਏਕੜ ਦਾ ਇਕੱਠਾ ਰਕਵਾ ਹੈ ਸਮਗੋਲੀ ਪਿੰਡ ਦਾ ਉਹ ਕਦੇ ਆਬਾਦੀ ਨਹੀਂ ਹੋਇਆ ਕਦੇ ਨਾ ਵਿਜਿਆ ਗਿਆ ਨਾ ਵਾਇਆ ਗਿਆ ਉਹਦੇ ਵਿੱਚ ਤਾਂ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਕਿ ਝੂਂਡ ਝਾੜ ਖੜੇ ਨੇ ਬਹੁਤ ਜ਼ਬਰਦਸਤ ਪਹਾੜੀ ਕਿਕਰਾਂ ਸਪੈਦਾ ਲੱਕੜੀ ਲੋ ਕੱਟ ਕੇ ਲੈ ਗਏ ਉਹਦੀ ਕਦੇ ਵਹਾਜ ਨਹੀਂ ਹੋਈ ਉਹ ਤਾਂ ਆਲਰੇਡੀ ਪਹਿਲਾਂ ਹੀ ਕਬਜ਼ੇ ਵਿੱਚ ਸੀਗੀ ਜੀ ਆ ਜਿਹੜੀ ਲਿਸਟ ਸਰਕਾਰ ਨੇ ਦਿੱਤੀ ਹੈ ਹਮ ਚਰਮੜੀ ਦੀ 59 ਏਕੜ ਜੜੌਦ ਦੀ 4 ਏਕੜ ਜਿਹੜੀ ਜੜੌਦ ਦੀ 4 ਏਕੜ ਜ਼ਮੀਨ ਹੈ ਉਹ ਤਾਂ ਪਹਿਲਾਂ ਹੀ ਉੱਥੇ ਮੈਨਿੰਗ ਹੋਈ ਹੋਈ ਹੈ ਹਮ ਕਾਂਗਰਸ ਦੇ ਟਾਈਮ ਦੀ ਹਮ ਉੱਥੇ ਦਾ ਇੱਕ ਪਤਵੱਦਾ ਸੱਜਣ ਹਮ ਜੋ ਕਿ ਬਲਾਕ ਸੰਮਤੀ ਦਾ ਮੈਂਬਰ ਹੈ ਹਮ ਉਸ ਬੰਦੇ ਨੇ ਉਹ ਚਾਰ ਕਿੱਲਾਂ ਚੋਂ ਮਿੱਟੀ ਚਕਾਈ ਹੈ ਉਹ 2018 ਚ ਹੋਇਆ ਸਾਰਾ ਕਾਂਡ ਹੈ ਤੇ ਉਹ ਤਾਂ ਖਾਲੀ ਪਈ ਸੀ ਜ਼ਮੀਨ ਉਹ ਤਾਂ ਕਿਸੇ ਦੇ ਕਬਜ਼ੇ ਚ ਨਹੀਂ ਹੈ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੀ ਤੁਸੀਂ ਧਾਰਨ ਦੇ ਰਹੇ ਹੋ ਜਿਹੜੀ ਸੂਚੀ ਜਾਰੀ ਕੀਤੀ ਕਿ ਅਸੀਂ 275 ਏਕੜ ਗੋਲਡਨ ਫਰੈਸਟ ਵਾਲੀ ਜ਼ਮੀਨ ਦਾ ਕਬਜ਼ਾ ਲੈ ਲਿਆ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਅਧਿਕਾਰੀ ਉੱਥੇ ਪੁੱਜੇ ਨਹੀਂ ਫਿਰ ਉਹ ਕਿਵੇਂ ਕਹਿ ਰਹੇ ਨੇ ਕਿਹੜੇ ਆਧਾਰ ਤੇ ਕਹਿ ਰਹੇ ਨੇ ਕਿ 275 ਏਕੜ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ ਇਹਦੇ ਚ ਜਿਹੜੀ ਜ਼ਮੀਨਾਂ ਆਲਰੇਡੀ ਆਵਾਦ ਨਹੀਂ ਹੈਗੀ ਸੀ ਔਰ ਖੰਡਰ ਪਈਆਂ ਸੀ ਤੱਪੜ ਸੀਗੇ ਉਹ ਜ਼ਮੀਨਾਂ ਉਹ ਕਿਸੇ ਦੇ ਕਬਜ਼ੇ ਨਹੀਂ ਸੀਗੇ ਹੂੰ ਉਹ ਤਾਂ ਆਲਰੇਡੀ ਪਹਿਲਾਂ ਹੀ ਸਰਕਾਰ ਦੇ ਕਬਜ਼ੇ ਸੀਗੇ ਉਹ ਹੀ ਜ਼ਮੀਨਾਂ ਬਾਰੇ ਸਰਕਾਰ ਗੱਲ ਕਰ ਰਹੀ ਹੈ ਜਿਵੇਂ ਤੋਫਾ ਵਰਦੀ ਹੈ ਤੋਫਾ ਵਰਦੀ ਹੈਗੀ ਹੈ ਇਹ 9 ਏਕੜ ਜੀ ਤੇ ਫਤੇਪੁਰ ਦੀ ਹੈਗੀ ਹੈ 13 ਏਕੜ ਆ ਰਾਮਪੁਰ ਬਾਲਦੀਆ 2 ਵਿਗੇ 10 ਬਿਸਵੀ ਅੱਛਾ ਜਿਹੜੀ ਪੀਰ ਮਛਾਲੇ ਦੀ ਜ਼ਮੀਨ ਹੈ ਇਹ 33 ਏਕੜ ਦੱਸੀ ਜਾ ਰਹੀ ਹੈ ਪੀਰ ਮਛਾਲੇ ਦੇ ਵਿੱਚ ਘੱਗਰ ਹੈ ਜਮੀਨ ਚ ਉੱਥੇ ਤਾਂ ਪਹਿਲਾਂ ਹੀ ਮਾਈਨਿੰਗ ਹੋ ਰਹੀ ਹੈ ਔਰ ਉੱਥੇ ਦਾ ਰੇਤਾ ਪੱਦੀ ਕੱਢਿਆ ਗਿਆ ਸਾਰਾ ਤੇ ਆਹ ਜਿਹੜੀ ਸਾਰੀ ਜ਼ਮੀਨ ਹੈ ਪ੍ਰਸ਼ਾਸਨ ਨੇ ਝੂਠ ਬੋਲਿਆ ਪ੍ਰਸ਼ਾਸਨ ਨੇ ਸਰਕਾਰ ਨੂੰ ਗੁੰਮਰਾਹ ਕੀਤਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਹਦੇਸ ਨਹੀਂ ਮੰਨੇ ਪ੍ਰਸ਼ਾਸਨ ਡੀਸੀ ਸਾਹਿਬ ਨੇ ਜਿਹੜਾ ਇਹ ਸਾਰਾ ਇੱਕ ਪਲਾਨ ਬਣਾਇਆ ਕਿ ਸਾਨੂੰ ਸਰਕਾਰ ਨਾ ਕੁਛ ਕਵੇ ਤੇ ਆਪਣੀ ਪਿੱਠ ਬਚਾ ਗਏ ਪਰ ਮੁੱਖ ਮੰਤਰੀ ਜਾਂ ਮਾਲ ਮਾਇਕਮੇ ਵੱਲੋਂ ਤਾਂ ਸਿੱਧੇ ਸਿੱਧੇ ਸਾਫ ਸੰਕੇਤ ਨੇ ਚਿੱਠੀ ਪੱਤਰ ਵੀ ਆਇਆ ਵੀ ਪਹਿਲਾਂ ਵੀ ਸ਼ੋਅ ਕਰ ਚੁੱਕੇ ਆ ਕਿ ਜ਼ਿਲ੍ਹਾ ਮੋਹਾਲੀ ਨੂੰ ਕਹਿ ਦਿੱਤਾ ਗਿਆ ਹੈ ਸਥਾਨਕ ਡੇਰਾ ਬਸੀ ਹਾਲਿਆਂ ਨੂੰ ਕਹਿ ਦਿੱਤਾ ਗਿਆ ਹੈ ਆ ਪ੍ਰਸ਼ਾਸਨ ਨੂੰ ਕਿ ਕਬਜ਼ਾ ਛਡਾਓ ਤੁਸੀਂ ਤੇ ਫਿਰ ਜਿਹੜੇ ਰਸੂਖਧਾਰ ਹੈ ਉਹਨਾਂ ਦੀ ਜ਼ਮੀਨਾਂ ਉਵੇਂ ਪਈਆਂ ਉਹਨਾਂ ਦੀ ਜਮੁੰਨਾ ਉਹ ਵਾਰੇ ਨੇ ਬੀਜਰੇ ਨੇ ਪਾਣੀ ਲਾਰੇ ਨੇ ਉਹਨਾਂ ਦੀ ਜ਼ਮੀਨਾਂ ਉਸੇ ਤਰ੍ਹਾਂ ਪਈ ਜਾਣੇ ਪ੍ਰਸ਼ਾਸਨ ਐ 1 ਇੰਚ ਵੀ ਕਬਜ਼ਕਾਰਾਂ ਕੋ ਜਮੀਨ ਨਹੀਂ ਛਡਾਈ ਫਿਰ ਪ੍ਰਸ਼ਾਸਨ ਕਿਉਂ ਕਹਿ ਰਿਹਾ ਕਿ ਅਸੀਂ ਟੀਮਾਂ ਬਣਾ ਲਈਆਂ ਤੇ ਕਬਜ਼ੇ ਛਡਾ ਲੈਣੇ ਹਨ ਹਾਲੇ ਸਰਕਾਰ ਨੇ ਜਿਹੜੀ ਪ੍ਰਸ਼ਾਸਨ ਟੀਮਾਂ ਬਣਾਈਆਂ ਉਹ ਪਿੰਡਾਂ ਚ ਸਰਵੇ ਕਰਕੇ ਦੇਖ ਰਹੀ ਹੈ ਲੇਕਿਨ ਗਰਾਊਂਡ ਲੈਵਲ ਤੇ ਕੋਈ ਕਾਰਵਾਈ ਨਹੀਂ ਹੋਈ। ਉੱਥੇ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਕਈ ਵਾਰੀ ਬੋਰਡ ਲੱਗ ਜਾਂਦਾ ਹੈ ਕਿ ਸਰਕਾਰ ਦਾ ਹੁਕਮ ਆ ਗਿਆ ਜੀ ਇਹ ਜ਼ਮੀਨ ਖਾਲੀ ਕਰੋ ਕੋਈ ਤਲਾਹ ਇਸ ਤਰ੍ਹਾਂ ਦੀ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚ ਧਾਰਮਿਕ ਸਥਾਨਾਂ ਤੋਂ ਹੋਈ ਇਸ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਇਹ ਹੋਈ ਸੀ ਵੀ ਆਸੀ ਪਾ ਰਹੇ ਆ ਲੇਕਿਨ ਉੱਥੇ ਪਹੁੰਚਿਆ ਕੋਈ ਨਹੀਂ। ਹਮ ਔਰ ਕਿਸੇ ਵੀ ਜ਼ਮੀਨ ਤੇ ਸਾਈਨ ਬੋਰਡ ਨਹੀਂ ਲੱਗਿਆ ਗਵਰਨਮੈਂਟ ਦਾ ਕਿ ਇਹ ਪੰਜਾਬ ਸਰਕਾਰ ਦੀ ਜ਼ਮੀਨ ਹੈ। ਇਹ ਸਾਈਨ ਬੋਰਡ ਲਾਤਾ ਜਿੱਥੇ ਤੇ ਤਾਂ ਕਿ ਮੈਂ ਸਮਗੋਲੀ ਪਿੰਡ ਗਿਆ ਫਤੇਪੁਰ ਪਿੰਡ ਗਿਆ ਜੜੋਤ ਪਿੰਡ ਗਿਆ ਰਾਮਪੁਰ ਬਹਾਲ ਪਿੰਡ ਗਿਆ ਕਿਤੇ ਸਾਈਨ ਬੋਰਡ ਨਹੀਂ ਲੱਗਿਆ ਜੀ ਤੇ ਜੇਕਰ ਸਾਈਨ ਬੋਰਡ ਨਹੀਂ ਲੱਗਿਆ ਇਹਦੇ ਮਤਲਬ ਇਹ ਹੋਇਆ ਕਿ ਸਰਕਾਰ ਨੇ ਕਿਸੇ ਤੋਂ ਕੋਈ ਕਬਜ਼ਾ ਨਹੀਂ ਲਿਆ ਇਹ ਸਾਰੀ ਕਾਗਜ਼ੀ ਕਾਰਵਾਈ ਹੋਈ ਹੈ ਕਾਗਜ਼ੀ ਕਾਰਵਾਈ ਡੀਸੀ ਸਾਹਿਬ ਨੇ ਕਰਕੇ ਤੇ ਮੁੱਖ ਮੰਤਰੀ ਦੇ ਡਰ ਦੇ ਮਾਰਿਆਂ ਇਹ ਇਹ ਕਾਰਵਾਈ ਕੀਤੀ ਹੈ ਇਹ ਚ ਕੋਈ ਸ਼ਕ ਕੋਈ ਸੱਚਾਈ ਨਹੀਂ ਹੈਗੀ ਮਤਲਬ ਇਹਨਾਂ ਨੇ ਕਿਹਾ ਕਿ ਜਿਵੇਂ ਗੱਲਾਂ ਉੱਠ ਰਹੀਆਂ ਕਿ ਇੱਕ ਪ੍ਰਸ਼ਾਸਨ ਕਬਜ਼ਾ ਕੋ ਨਹੀਂ ਛਡਾ ਰਿਹਾ ਤੇ ਇਸ ਕਰਕੇ ਲਿਸਟ ਜਾਰੀ ਕਰਤੀ ਕਿ ਨਹੀਂ ਜੀ ਅਸੀਂ ਤੇ ਛਡਾਇਆ ਕਬਜ਼ਾ ਮੈਨੂੰ ਤਾਂ ਇਹ ਲੱਗਦਾ ਵੀ ਕੁਝ ਪੋਲੀਟੀਸ਼ੀਅਨ ਲੋਕ ਜਿਹੜੇ ਬਹੁਤ ਉੱਚੇ ਲੈਵਲ ਤੇ ਚਲੇ ਗਏ ਸਹ ਤੋ ਮੁੱਖ ਮੰਤਰੀ ਤੋਂ ਵੀ ਉਧਾਂ ਜਾ ਕੇ ਅਪਰੋਚ ਕਰਤੀ ਜਾਂ ਉਹਨਾਂ ਨੇ ਕੋਈ ਇਹ ਜਿਹਾ ਜਗਾੜ ਲਾ ਲਿਆ ਤੇ ਜਿਹੜੀ ਡੀਸੀ ਮੈਡਮ ਜਾਂ ਪ੍ਰਸ਼ਾਸਨ ਇੱਕ ਮਿੰਨਾ ਹੋ ਗਿਆ ਹਿੱਲਿਆ ਨਹੀਂ ਕਿਉਂਕਿ 19 11 ਤੱਕ ਇਹ ਜ਼ਮੀਨ ਖਾਲੀ ਹੋਣੀ ਜਿੱਦੀ ਸੀ ਕਿ 19 10 ਨੂੰ ਆਰਡਰ ਹੋਇਆ ਪੰਜਾਬ ਸਰਕਾਰ ਦੇ ਅਸੀਂ ਬੜੀ ਮਿਹਨਤ ਕਰਕੇ ਇਹ ਆਰਡਰ ਕਰਾਏ ਨੇ ਮੈਂ ਮੰਤਰੀਆਂ ਨੂੰ ਮਿਲਿਆ ਔਰ ਮੰਤਰੀਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਇਸ ਗੱਲ ਤੋਂ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਜੀ ਦਾ ਧੰਨਵਾਦ ਵੀ ਮੈਂ ਕਰਦਾ ਲੇਕਿਨ ਪ੍ਰਸ਼ਾਸਨ ਹੈ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਹਦੇ ਸਿੱਟੇ ਬਹੁਤ ਗੰਭੀਰ ਨਿਕਲਣਗੇ ਜੀ ਤਾਂ ਅਸੀਂ ਇੱਕ ਉਹ ਸੂਚੀ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਹ ਯਾਦਵਿੰਦਰ ਸਿੰਘ ਸਾਨ ਜਿਨ੍ਹਾਂ ਨੇ ਉਸ ਜ਼ਮੀਨ ਦੇ ਬਾਰੇ ਜਿਹੜੀ 275 ਏਕੜ ਕਬਜ਼ਾ ਛਡਾ ਲਿਆ ਗਿਆ ਉਸ ਬਾਰੇ ਪ੍ਰਸ਼ਾਸਨ ਕਹਿ ਰਿਹਾ ਪਰ ਇਹਨਾਂ ਦਾ ਕਹਿਣਾ ਹੈ ਕਿ ਉੱਥੇ ਤਾਂ ਕਦੇ ਕਬਜ਼ਾ ਹੋਇਆ ਹੀ ਨਹੀਂ ਜੇ ਕਿਤੇ ਮਾਈਨਿੰਗ ਹੋਈ ਹੈ ਕਿਤੇ ਜੰਗਲਾਤ ਜੇ ਵਰਗੇ ਹਾਲਾਤ ਬਣੇ ਪਏ ਨੇ ਝਾੜੀਆਂ ਬੂਟੀਆਂ ਉੱਗੀਆਂ ਹੋਈਆਂ ਨੇ ਉਸ ਦੀ ਪ੍ਰਸ਼ਾਸਨ ਗੱਲ ਕਰ ਰਿਹਾ ਪਰ ਜਿਨ੍ਹਾਂ ਨੇ ਵਾਕਈ ਕਬਜ਼ਾ ਕੀਤਾ ਉੱਥੇ ਕਣਕ ਤੱਕ ਹੁਣ ਬੀਜ ਦਿੱਤੀ ਹੈ ਪਹਿਲਾਂ ਝੋਨੇ ਦੀ ਫਸਲ ਵੱਢੀ ਉੱਥੋਂ ਕਬਜ਼ਾ ਕਦੋਂ ਛਡਾਇਆ ਜਾਣਾ ਹੈ ਹੁਣ ਜਦੋਂ 19-10 ਨੂੰ ਆਰਡਰ ਹੋਏ ਸਨ ਸਰਕਾਰ ਦੇ ਤਾਂ ਪਿੰਡਾਂ ਦਾ ਬਕਾਇਦਾ ਵੇਰਵਾ ਦਿੱਤਾ ਗਿਆ ਸੀ ਸੂਚੀ ਵੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਨੇ ਆ ਜਿਸ ਤੇ ਸ਼ਡਿਊਲ ਜਾਰੀ ਕੀਤਾ ਗਿਆ ਕਿਹੜੇ ਪਿੰਡ ਦੀ ਕਿੰਨੀ ਜ਼ਮੀਨ ਕਿਹੜੇ ਦਿਨ ਛਡਾਉਣੀ ਹੈ ਪਰ ਪ੍ਰਸ਼ਾਸਨ ਨੇ ਉਸ ਹਿਸਾਬ ਨਾਲ ਨਹੀਂ ਚੱਲਿਆ ਪ੍ਰਸ਼ਾਸਨ ਇਸ ਪਿੱਛੇ ਹੁਣ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਪਰ ਸਭ ਤੋਂ ਪਹਿਲਾਂ ਜੇਕਰ ਬਟੋਲੀ ਪਿੰਡ ਦੀ ਗੱਲ ਕਰੀਏ ਤਾਂ 9-11-2023 ਨੂੰ ਇਹ ਕਬਜ਼ਾ ਕਾਰਵਾਈ ਦੀ ਮਿਤੀ ਕਰਨੀ ਸੀ ਛਡਾਉਣ ਦੀ ਚਰਮੜੀ ਦੇ ਵਿੱਚ ਜੜੌਥ ਦੇ ਵਿੱਚ 15 11 ਨੂੰ কুরਲੀ ਦੇ ਵਿੱਚ 20 11 ਨੂੰ ਮੀਰਪੁਰਾ ਦੇ ਵਿੱਚ 22 11 ਨੂੰ ਸੰਗੋਥਾ ਦੇ ਵਿੱਚ 23 11 ਨੂੰ ਔਰ ਧੀਰੇ ਮਾਜਰਾ ਦੇ ਵਿੱਚ 28 11 2023 ਨੂੰ ਕਬਜ਼ਾ ਛਡਾਇਆ ਜਾਣਾ ਸੀ ਕੋਲੀ ਮਾਜਰਾ ਦੇ ਵਿੱਚ 1 12 2023 ਨੂੰ ਛਡਾਇਆ ਜਾਣਾ ਹਾਲਾਂਕਿ ਅਜੇ ਤੱਕ ਅਸੀਂ ਨਵੰਬਰ ਤੱਕ ਦੀ ਵੀ ਗੱਲ ਕਰ ਰਹੀਏ ਤਾਂ ਤਕਰੀਬਨ 9 ਪਿੰਡ ਸਨ ਇਹਨਾਂ ਤਰੀਕਿਆਂ ਦੇ ਵਿੱਚ ਕਬਜ਼ਾ ਛਡਾਇਆ ਜਾਣਾ ਚਾਹੀਦਾ ਸੀ ਪਰ ਕੁਝ ਇਹਨਾਂ ਦੇ ਵਿੱਚੋਂ ਪਿੰਡ ਐਸੇ ਨੇ ਜਿਨ੍ਹਾਂ ਦੇ ਵਿੱਚੋਂ ਕਬਜ਼ਾ ਨਹੀਂ ਛਡਾਇਆ ਗਿਆ ਹਾਲਾਂਕਿ 12ਵੇਂ ਮਹੀਨੇ ਦਾ ਹੋਣਾ ਬਾਕੀ ਹੈ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਦੋ ਤਿੰਨ ਪਿੰਡਾਂ ਨੂੰ 12ਵੇਂ ਮਹੀਨੇ 'ਚ ਵੀ ਰੱਖਿਆ ਗਿਆ ਬਹੁਤੇ ਪਿੰਡ ਨਵੰਬਰ ਮਹੀਨੇ ਦੇ ਵਿੱਚ ਰੱਖੇ ਗਏ ਨੇ ਕਿ ਕਬਜ਼ਾ ਛਡਾਇਆ ਜਾਣਾ ਚਾਹੀਦਾ ਸੀ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਕਦੋਂ ਕਬਜ਼ਾ ਛਡਾਇਆ ਜਾਂਦਾ ਕਿਉਂਕਿ 2250 ਏਕੜ ਦੇ ਕਰੀਬ ਜ਼ਮੀਨ ਸੀ ਸ਼ਿਕਾਇਤਕਰਤਾ ਦੇ ਮੁਤਾਬਕ ਜਿਨ੍ਹਾਂ ਤੇ ਕਬਜ਼ਾ ਹੈ ਫਿਰ ਵੀ ਉਸ ਵਿੱਚੋਂ 1843 ਏਕੜ ਤੋਂ ਕਬਜ਼ਾ ਛਡਾਉਣ ਦੇ ਹੁਕਮ ਆਉਂਦੇ ਨੇ ਮਾਲ ਵਿਭਾਗਵੇਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੂੰ ਡਿਪਟੀ ਕਮਿਸ਼ਨਰ ਨੂੰ ਪਰ ਉਹਨਾਂ ਨੇ ਅੱਗੇ ਜਿਹੜੇ ਹੁਕਮ ਦੇਣੇ ਸਨ ਉਸ ਮੁਤਾਬਕ ਕਾਰਵਾਈ ਹਾਲੇ ਹੁੰਦੀ ਦਿਖਾਈ ਨਹੀਂ ਦੇ ਰਹੀ ਤਾਂ ਹੁਣ ਕਦੋਂ ਹੋਣੀ ਹੈ ਕਾਰਵਾਈ ਉਸ ਮੁਤਾਬਕ ਇਹ ਤਾਂ ਉਹ ਹੀ ਦੱਸ ਸਕਦੇ ਨੇ ਯਾਦਵੰਦਰ ਜੀ ਜਿਹੜੇ ਜ਼ਮੀਨ ਦਾ ਅੱਜ ਦੌਰਾ ਕੀਤਾ ਉਹਦੀ ਤਸਵੀਰ ਤੁਸੀਂ ਜਿਹੜੀ ਲੈ ਕੇ ਆਏ ਹੋ ਉਹ ਦਿਖਾਓ ਇਹ ਤਸਵੀਰ ਹੈ ਜੀ ਆ ਦੇਖੋ ਕਿ ਕਿੰਨੀਆਂ ਝਾੜੀਆਂ ਇਹ ਖੜੀਆਂ ਨੇ ਤੇ ਇਹਦੇ ਵਿੱਚ ਕੁਝ ਲੋਕ ਵੀ ਬੈਠੇ ਨੇ ਆ ਦਿਖ ਰਹੇ ਨੇ ਤੁਹਾਡੇ ਸਾਹਮਣੇ ਤੇ ਇਹ ਪਿੰਡ ਦੇ ਲੋਕ ਨੇ ਆ ਜਿਹੜਾ ਕਿਕਰਾਂ ਨੇ ਝਾੜੀਆਂ ਨੇ ਔਰ ਇਹ ਜ਼ਮੀਨ ਕਦੇ آباد ਨਹੀਂ ਹੋਈ ਸੀ ਤੁਸੀਂ ਇਹਨੂੰ ਆਪ ਦੇਖ ਸਕਦੇ ਹੋ ਜੀ ਮੈਂ ਇਹ ਦੇਖ ਲਓ ਤੁਸੀਂ ਜਿਹੜੀ ਇਹ ਜ਼ਮੀਨ ਦੀ ਗੱਲ ਕਰ ਰਹੇ ਨੇ ਉੱਥੇ ਆਪ ਵੀਡੀਓ ਬਣਾ ਕੇ ਲਿਆਏ ਨੇ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਝਾੜੀਆਂ ਬੂਟੀਆਂ ਨੇ ਪਰ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਹੈ ਨਹੀਂ ਸੀ ਜਿਹੜਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਕਬਜ਼ਾ ਛਡਾ ਲਿਆ ਇਹ ਉਹ ਤਸਵੀਰਾਂ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕੀਤੀ ਇਹਨਾਂ ਨੇ ਦੱਸਿਆ ਕਿ ਉੱਥੋਂ ਦਾ ਵਾਕਿਆ ਕੀ ਹੈ ਕਿੱਥੇ ਕਬਜ਼ਾ ਛਡਾਇਆ ਗਿਆ ਤੇ ਕਿੱਥੇ ਨਹੀਂ ਛਡਾਇਆ ਗਿਆ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੀ ਮਜਬੂਰੀ ਕੀ ਹੈ ਸੀ ਕਿ ਉਸ ਮੁਤਾਬਕ ਆਰਡਰ ਦੇ ਮੁਤਾਬਕ ਕੰਮ ਕਿਉਂ ਨਹੀਂ ਹੋ ਪਾ ਰਿਹਾ ਮੁੱਖ ਮੰਤਰੀ ਦੇ ਜਾਂ ਮੰਤਰੀ ਦੇ ਆਰਡਰਾਂ ਨੂੰ ਵੀ ਜਿਹੜਾ ਮੰਨਿਆ ਕਿਉਂ ਨਹੀਂ ਜਾ ਰਿਹਾ ਹੁਕਮ ਕਿਉਂ ਨਹੀਂ ਮੰਨੇ ਜਾ ਰਹੇ ਹੱਥ ਇਹਨਾਂ ਦੇ ਕਿੰਨਿਆਂ ਨੇ ਬੰਨੇ ਨੇ ਇਸ ਦਾ ਜਵਾਬ ਪ੍ਰਸ਼ਾਸਨ ਨੂੰ ਖੁੱਲ੍ਹ ਕੇ ਜ਼ਰੂਰ ਦੇਣਾ ਚਾਹੀਦਾ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਦਾ ABC ਪੰਜਾਬ ਚੰਡੀਗੜ੍ਹ